ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਕੌਰ ਬਾਗਾ ਪੁਰਾਣਾ ਤੋਂ ਬਿਲੋਂਗ ਕਰਦੀ ਹਾਂ। ਮੇਰਾ ਵੇਟ 114, ਮੇਰੀ ਸਿਹਤ ਬਹੁਤ ਭਾਰੀ ਹੋ ਰਹੀ ਸੀਗੀ ਅਤੇ ਵੀ ਮੈਂ ਦਵਾਈਆਂ ਬਹੁਤ ਖਾਧੀਆਂ। ਸਿਹਤ ਭਾਰੀ ਹੋਣ ਕਰਕੇ ਮੇਰੇ ਗੋਡਿਆਂ 'ਚ ਵੀ ਦਰਦ ਰਹਿੰਦਾ ਸੀ, ਸਾਹ ਦੀ ਬਹੁਤ ਤਕਲੀਫ ਸੀ, ਵੀ ਮੈਂ ਤੁਰ ਕੇ ਵਾਸ਼ਰੂਮ ਵੀ ਨਹੀਂ ਜਾ ਸਕਦੀ ਸੀ, ਇੰਨਾ ਬੁਰਾ ਹਾਲ ਸੀਗਾ। ਡਾਕਟਰਾਂ ਨਾਲ ਸਲਾਹ ਕੀਤੀ, ਚੰਡੀਗੜ੍ਹ ਵੀ ਗਏ ਅਸੀਂ, ਜਲੰਧਰ ਵੀ ਗਏ, ਪਰ ਉੱਥੋਂ ਸਾਨੂੰ ਕੁਛ ਨਹੀਂ ਸਮਝ ਲੱਗੀ। ਅਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਅੰਮ੍ਰਿਤਸਰ ਡਾਕਟਰ ਮੋਗੇ ਸ਼ਹਿਰ ਦੇ ਵਿੱਚ, ਪਰ ਸਾਨੂੰ ਨਹੀਂ ਪਤਾ ਸੀ ਵੀ ਛੋਟੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਡਾਕਟਰ ਰਹਿ ਰਹੇ ਆ। ਫਿਰ ਅਸੀਂ ਇਹਨਾਂ ਕੋਲ ਆਏ, ਇਹਨਾਂ ਨਾਲ ਗੱਲਬਾਤ ਕੀਤੀ, ਮੈਂ ਅਤੇ ਮੇਰੀ ਬੇਟੀ ਆਏ, ਅਸੀਂ ਗੱਲਬਾਤ ਕੀਤੀ ਇਹਨਾਂ ਨਾਲ, ਅਤੇ ਫਿਰ ਇਹਨਾਂ ਨੇ ਸਾਨੂੰ ਸਾਰੀ ਗੱਲ ਸਮਝਾਈ। ਫਿਰ ਅਸੀਂ ਡਰਦੇ ਡਰਦੇ ਵੀ 6 ਮਹੀਨੇ ਲੰਘਾਤੇ, ਪਰ ਸਾਨੂੰ ਕੋਈ ਕਹਿ ਦੇਵੇ ਵੀ ਨਾ ਕਰਾਓ ਤੁਸੀਂ, ਇਹ ਰਿਸਕ ਹੈ ਆਈਆਂ ਜਿਉਂ ਹੈ, ਪਰ ਫਿਰ ਅਸੀਂ ਹੁਣ ਮਨ ਬਣਾ ਲਿਆ ਵੀ ਅਸੀਂ ਕਰਾਉਣਾ ਹੀ ਕਰਾਉਣਾ ਆਪਰੇਸ਼ਨ। ਇਸ ਕਰਕੇ ਅਸੀਂ ਵੀ ਪਰਸੋਂ ਸਾਡਾ ਆਪਰੇਸ਼ਨ ਹੋਇਆ, ਇਸ ਕਰਕੇ ਵੀ ਮੈਂ ਹੁਣ ਵਧੀਆ ਤੋਰ ਰਹੀ ਹਾਂ, ਗੋਡਿਆਂ ਤੋਂ ਗੋਡੇ ਵੀ ਨਹੀਂ ਦਰਦ ਕਰਦੇ, ਸਾਹ ਤੋਂ ਵੀ ਸੌਖਾ ਤੋਰ ਰਹੀ ਹਾਂ। ਅਤੇ ਇਸ ਕਰਕੇ ਅੰਮ੍ਰਿਤਸਰ ਦਾ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਤੁਰਨ ਜੋਗੇ ਬਣਾ ਦਿੱਤਾ। ਅਗਾਂਹ ਇਸ ਤੋਂ ਵੀ ਵੱਧ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ ਮੈਂ ਇਸ ਹਾਲਤ ਵਧੀਆ ਵੀ ਸਹੀ ਹੋ ਜਾਵਾਂ, ਅਗਾਂਹ ਹੁਣ ਵੇਟ ਘੱਟਦਾ ਜਾਊਗਾ। ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਇਹਨਾਂ ਨੇ ਮੈਨੂੰ ਇਹ ਸਹੀ ਕੀਤਾ ਜੀ। ਮੈਂ ਸਾਰਿਆਂ ਨੂੰ ਇਹੀ ਮੈਸੇਜ ਆਉਣਾ ਚਾਹੁੰਦੀ ਹਾਂ, ਜਿਹੜੇ ਭੈਣ ਭਰਾ ਮੋਟਾਪੇ ਤੋਂ ਪਰੇਸ਼ਾਨ ਨੇ, ਉਹਨਾਂ ਨੂੰ ਜਲੰਧਰ ਚੰਡੀਗੜ੍ਹ ਜਾਣ ਦੇ ਵੀ ਉੱਥੇ ਜਾ ਤਾਂ ਵੜਦੇ ਹਾਂ, ਆਪਾਂ ਉੱਥੇ ਡਾਕਟਰ ਨਹੀਂ ਸੇਫ ਹੈਗੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੀ ਵੀ ਅੰਮ੍ਰਿਤਸਰ ਡਾਕਟਰ ਇੱਥੇ ਮੋਗੇ ਵਿੱਚ ਰਹਿ ਰਹੇ ਨੇ, ਉਹ ਬਹੁਤ ਵਧੀਆ ਆਪਰੇਸ਼ਨ ਕਰ ਰਹੇ ਨੇ, ਵੀ ਜਿਹੜੇ ਵੀ ਭੈਣ ਭਰਾ ਪਰੇਸ਼ਾਨ ਨੇ ਉਹ ਜ਼ਰੂਰ ਇੱਕ ਵਾਰੀ ਅੰਮ੍ਰਿਤਸਰ ਡਾਕਟਰ ਨੂੰ ਮਿਲਣ ਲੱਗ।